ड्रोन राही 630 इन्होंने मंगाई है, उसके बच्चों कुछ ड्रग्स भी सी थे, वेपन्स भी सी, 30 बोर द स्टार पिस्टल रिकवर हुए हैं। जलंधर कमिश्नरेट पुलिस नु उस समय वड्डी सफलता हासिल हुई जदों ड्रोन जरिए हथियारों की स्मगलिंग करने वाले चार मुलजमान नु पिस्तौलों ते कारतूस समेत गिरफ्तार किया गया। जलंधर कमिश्नरेट पुलिस ने ड्रोन जरिए हथियारों की तस्करी करने वाले गिरोह का पर्दाफाश किया है। पुलिस ने गैंग के चार मुलजमान नु गिरफ्तार किया है। गिरफ्तार किए गए मुलजमान कोलों 3 पिस्टल 14 कारतूस बरामद हुए ने। दसिया जा रहा है कि यह सारे मुलजम विदेश दे विच रहण वाले गैंगस्टरां दे नाल गैंगवार दे विच शामिल ने। सो इस संबंधी जानकारी देंदे आ पुलिस कमिश्नर स्वपन शर्मा ने अगे होर की कुछ दसिया, ओ सुनदे हां। इंटेलिजेंस बेस्ड ऑपरेशन सीगा एक रिसर्च इन्वेस्टिगेशन ते सीआईए कर रहे सीगे, 15-20 दिन तो लगे हुए सीगे। एक जस्सा नाम दा व्यक्ति 48 साल दी उम्र है, हरीके दा रहण वाला, इहनूं फड़िया सीगा। 17-18 इहदे ते मुकदमे दर्ज है, एनडी दे अटैम्प्ट टू मर्डर ते आर्म्स एक्ट दे काफी परचे दर्ज है। ਅਤੇ ਗੋਬਿੰਦਵਾਲ ਜੇਲ੍ਹ 'ਚ ਬੰਦ ਸੀਗਾ, ਕੁਛ ਦੇਰ ਪਹਿਲਾਂ ਆਇਆ ਸੀ। ਗੋਬਿੰਦਵਾਲ ਜੇਲ੍ਹ 'ਚ ਰਹਿ ਕੇ ਇਹਦੇ ਕੁਛ ਸੰਪਰਕ ਅਕਰੋਸ ਦ ਬਾਰਡਰ ਹੋ ਗਏ ਸੀਗੇ ਪਾਕਿਸਤਾਨ ਦੇ। ਡਰੋਨ ਰਾਹੀਂ 600 ਤੀਸ ਇਹਨਾਂ ਨੇ ਮੰਗਾਈਆਂ, ਉਹਦੇ ਵਿੱਚੋਂ ਕੁਛ ਡਰੱਗਸ ਵੀ ਸੀਗੀ ਅਤੇ ਵੈਪਨਸ ਵੀ ਸੀਗੇ। ਅਤੇ ਇਹਦੇ ਆਗੂ 2 ਐਸੋਸੀਏਟਸ ਸੀਗੇ, ਉਹਨਾਂ ਨੂੰ ਵੀ ਫੜ ਲਿਆ ਗਿਆ। 3 ਬੰਦਿਆਂ ਤੋਂ 2 32 ਬੋਰ ਦੇ ਪਿਸਟਲ ਮਿਲੇ ਰਿਕਵਰ ਹੋਏ, 1 ਸਟਾਰ 30 ਬੋਰ ਦਾ ਸਟਾਰ ਪਿਸਟਲ ਰਿਕਵਰ ਹੋਇਆ। ਇਹ ਉਸੀ ਪਿੰਡ ਦਾ ਰਹਿਣ ਵਾਲਾ ਜਿੱਥੇ ਲਖਵੀਰ ਲੰਡਾ ਜਿਹੜਾ ਗੈਂਗਸਟਰ ਬੈਠਾ ਹੈ ਕੈਨੇਡਾ, ਉਧਰ ਉਸ ਪਿੰਡ ਦਾ ਹੀ ਰਹਿਣ ਵਾਲਾ ਹੈ। ਇਹਦੀ ਆਪਸ 'ਚ ਇਨ ਦੋਨਾਂ ਦੀ ਆਪਸ 'ਚ ਫਿਸ਼ਰੀ ਦੇ ਠੇਕੇ, ਮੱਛੀ ਦੇ ਠੇਕੇ ਲੈ ਕੇ ਕੰਟਰੈਕਟ ਨੂੰ ਲੈ ਕੇ ਲੜਾਈ ਹੋ ਗਈ ਸੀਗੀ। ਲੰਡੇ ਨੇ ਇਹਦੇ ਫਸਟ ਕਜ਼ਨ ਨੂੰ ਗੋਲੀਆਂ ਮਰਵਾਈਆਂ ਸੀਗੀਆਂ, ਅੱਜ ਤੋਂ ਕੋਈ 1-1.5 ਮਹੀਨਾ ਪਹਿਲਾਂ ਤਰਨ ਤਾਰਨ ਜਿਹਦੀ ਮੌਤ ਹੋ ਗਈ ਸੀ। ਜਿਹਨਾਂ ਨੇ ਮਾਰੀਆਂ ਸੀਗੀਆਂ ਉਹ ਫੜੇ ਗਏ ਸੀਗੇ ਕਪੂਰਥਲੇ। ਅਤੇ ਜੱਸਾ ਜਿਹੜਾ ਹੈ ਉਹ ਪਲਾਨ ਕਰ ਰਿਹਾ ਸੀਗਾ ਲੰਡੇ ਦੇ 3 ਐਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ, ਜਿਹੜੇ ਐਸੋਸੀਏਟਸ ਆਈਡੈਂਟੀਫਾਈਡ ਹੈ ਮੋਗਾ ਫਰੀਦਕੋਟ ਆਲੇ ਦੁਆਲੇ ਦੇ ਤਰਨ ਤਾਰਨ ਰਹਿਣ ਵਾਲੇ। ਅਤੇ ਸੁਖਪ੍ਰੀਤ ਹੈ ਜਿਹੜਾ ਇਹਦਾ ਕਜ਼ਨ ਸੀਗਾ ਜਿਹਨੂੰ ਲੰਡੇ ਨੇ ਐਲੀਮੀਨੇਟ ਕੀਤਾ ਸੀਗਾ। ਜਿਹੜੇ 2 ਦੇ ਐਸੋਸੀਏਟਸ ਤਾਂ ਪਕੜੇ ਹੈ, ਇਹ ਤਾਂ ਸ਼ਾਮ ਤੱਕ ਡਿਟੇਲ ਆਪਾਂ ਸ਼ੇਅਰ ਕਰ ਲਵਾਂਗੇ। ਜਿਹੜਾ ਜੱਸਾ ਹੈ ਉਹਦੇ 'ਤੇ 17 ਪਰਚੇ ਦਰਜ ਕਿਤੇ ਅਲੱਗ ਅਲੱਗ ਜਗ੍ਹਾ ਤੋਂ ਜਲੰਧਰ ਤੋਂ ਕਰਤਾ। ਹੋਰ ਵੀ ਹੈ ਜੀ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਵੇਂ ਜੀ ਇਹਦਾ ਫਸਟ ਕੇਸ ਸੀਗਾ, ਅਲੱਗ ਅਲੱਗ ਟਾਈਮ 'ਤੇ ਗ੍ਰਿਫਤਾਰ ਕੀਤੇ, ਅਲੱਗ ਅਲੱਗ ਜਗ੍ਹਾ 'ਤੇ ਕੀਤੇ। ਇਹ ਫਸਟ ਕੇਸ ਸੀਗਾ, ਆਪਰੇਸ਼ਨ ਸਟਿਲ ਗੋਇੰਗ ਔਨ। ਰਮਾਨ ਲੈ ਰਹੇ ਸਰ? ਰਮਾਨ ਲੈ ਰਹੇ। ਕਿੰਨੇ ਦਿਨ ਦਾ ਰਮਾਨ ਲੈ ਰਹੇ? 3 ਦਿਨ ਦਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੰਦੀਪ ਕੌਲ ਦੀ ਖਾਸ ਰਿਪੋਰਟ।